समय गल्लां करदियां सी गड्डा अगे चला गया। ये कोतवाली मरिंडे विच पहुंच गए। सचे पातशाह महाराज दे छोटे साहबजादे पहली रात सतपो दी उन्होंने बाबा कुम्मा जी की झौंपड़ी विच कट्टी आ। अठ पो दी रात जड़ी आ गंगू दे घरे आ। नौ पो दा दिन है मरिंडे थाने विच पहुँचा दिते आ थानेदारा ने। कोतवाली विच साहबजादे ते माता जी नूं बंद कर दिता। नौ पो दी रात इत्थे बतीत होई आ। ਇਹ ਖੇੜੀ ਤੋਂ ਨੇੜੇ ਆ। ਹੁਣ ਇੱਧਰ ਸੂਬਾ ਸਰਹੰਦ ਚਮਕੌਰ ਦੇ ਮੈਦਾਨ ਵਿੱਚੋਂ ਬੜਾ ਖਪਿਆ ਖਿਝਿਆ ਹਾਰਿਆ ਨਮੋਸ਼ੀ ਦਾ ਮਾਰਿਆ ਹੋਇਆ ਆ ਕਿ 10 ਲੱਖ ਦੇ ਘੇਰੇ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਜਿਉਂਦਾ ਨਿਕਲ ਗਿਆ। ਇਹਦੇ ਨਾਲ ਇਹਦੇ ਤੋਂ ਵੱਡੀ ਹਾਰ ਕੋਈ ਹੋ ਸਕਦੀ ਆ? ਸਰਕਾਰ ਨੇ ਸਾਰੇ ਸੂਬਿਆਂ ਦੀ ਫੌਜ ਲਾਈ ਆ, ਸਾਰੇ ਸੂਬੇਦਾਰ ਲਾਏ ਆ। ਮਲੇਰ ਕੋਟਲੀਏ ਮੰਨੇ ਹੋਏ ਜਰਨੈਲ ਜਿਹੜੇ ਉਹ ਮਹਾਰਾਜ ਨੇ ਤੀਰ ਮਾਰ ਮਾਰ ਕੇ ਸੁੱਟੇ ਆ ਕੰਧ ਤੋਂ ਥੱਲੇ। ਅਤੇ ਫਿਰ ਖਾਲਸਾ ਜੀ ਸਿਆਣੇ ਸੂਝਵਾਨ ਬੈਠੇ ਹੋ ਤੁਸੀਂ, ਜਦੋਂ ਮਹਾਰਾਜ ਨੂੰ ਜਾਣ ਵਾਸਤੇ ਆਖਿਆ ਨਾ ਭਾਈ ਦਇਆ ਸਿੰਘ ਹੋਰਾਂ ਨੇ, ਸੱਚੇ ਪਾਤਸ਼ਾਹ ਕਹਿੰਦੇ ਨਹੀਂ। ਭਾਈ ਦਇਆ ਸਿੰਘ ਨੂੰ ਯਾਦ ਆ ਗਿਆ ਵੀ ਮਹਾਰਾਜ ਕਹਿੰਦੇ ਸੀ ਜੋ 5 ਕਹਿਣਗੇ ਉਹ ਗੁਰੂ ਦਾ ਹੁਕਮ ਹੋਵੇਗਾ। 5 ਜਿਹੜੇ ਤਿਆਰ ਬਰ ਤਿਆਰ ਅਤੇ ਗੁਰੂ ਦੀ ਹਜ਼ੂਰੀ ਵਿੱਚ। ਤਿਆਰ ਬਰ ਤਿਆਰ ਦਾ ਮਤਲਬ ਅੰਮ੍ਰਿਤਧਾਰੀ, ਨਿਤਨੇਮੀ ਸਿਮਰਨ ਭਜਨ ਬੰਦਗੀ ਕਰਨ ਵਾਲੇ, ਸੇਵਾ ਕਰਨ ਵਾਲੇ ਉਹਨਾਂ ਦੀ। ਉੱਦਾਂ ਨਹੀਂ ਵੀ 5 ਤੁਸੀਂ ਜਿੱਥੋਂ ਮਰਜ਼ੀ ਲਿਆ ਦਿਓ ਅਤੇ ਉਹ ਜਿਹੜਾ ਹੁਕਮ ਕਰ ਦੇਣਾ ਉਹ ਗੁਰੂ ਦਾ ਹੋਊਗਾ। ਭਾਈ ਦਇਆ ਸਿੰਘ ਨੇ ਜਾ ਕੇ ਨਾਲ ਦੇ ਸਿੰਘਾਂ ਨੂੰ ਆਖਿਆ ਵੀ ਗੁਰੂ ਸਾਹਿਬ ਅਤੇ ਰਣ ਮੈਦਾਨ ਨੂੰ ਤਿਆਰੀ ਕਰਨ ਡੇ। ਮੈਂ ਬੇਨਤੀ ਕੀਤੀ ਆ, ਗੁਰੂ ਸਾਹਿਬ ਨਹੀਂ ਮੰਨੇ। ਅਤੇ ਗੁਰੂ ਸਾਹਿਬਾਂ ਨੇ ਆਖਿਆ ਸੀ ਜੋ ਗੁਰੂ ਕਾ ਖਾਲਸਾ ਪੰਚਾਇਤ 5 ਦੇ ਰੂਪ ਵਿੱਚ ਹੁਕਮ ਕਰੇਗਾ ਉਹ ਹਰ ਇੱਕ ਨੂੰ ਮੰਨਣਾ ਪਵੇਗਾ। ਅਤੇ ਆਓ ਹੁਣ ਜਾ ਕੇ ਗੁਰੂ ਸਾਹਿਬਾਂ ਨੂੰ ਹੁਣ ਆਗਿਆ ਕਰੀਏ ਵੀ ਤੁਸੀਂ ਇੱਥੋਂ ਜਿਉਂਦੇ ਨਿਕਲੋ, ਰਣ ਨੂੰ ਨਾ ਜਾਓ। ਭਾਈ ਦਇਆ ਸਿੰਘ ਨੇ ਨਾਲ 4 ਲਏ ਹੋਰ ਜਾ ਕੇ ਆਖਿਆ ਅੱਗੇ ਇਕੱਲਾ ਮੈਂ ਬੇਨਤੀ ਕਰਦਾ ਸਾਂ, ਹੁਣ ਆ ਇਹ 5 ਪੰਚਾਇਤ ਪੰਥ ਦਾ ਵਜੂਦ, ਹੁਣ ਤੁਹਾਨੂੰ ਹੁਕਮ ਸਮਝ ਲਓ। ਤੁਸੀਂ ਆਖਿਆ ਸੀ ਗੁਰੂ ਕਾ ਖਾਲਸਾ ਜਿਹੜਾ ਤਿਆਰ ਬਰ ਤਿਆਰ 5 ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਉਹ ਹੁਕਮ ਕਰਨਗੇ ਉਹ ਮੰਨਣਾ ਪਵੇਗਾ ਅਤੇ ਤੁਹਾਨੂੰ ਹੁਣ ਹੁਕਮ ਕੀਤਾ ਜਾਂਦਾ। ਮਹਾਰਾਜ ਕਹਿੰਦੇ ਮੈਨੂੰ ਪ੍ਰਵਾਨ ਆ, ਕਰੋ ਹੁਕਮ। ਇਹਨਾਂ ਨੇ ਆਖਿਆ ਜੀ ਤੁਹਾਡੀ ਆਗਿਆ ਤੋਂ ਬਿਨਾਂ ਕੋਈ ਸਿੰਘ ਰਣ ਮੈਦਾਨ ਵਿੱਚ ਗਿਆ ਕਿ? ਮਹਾਰਾਜ ਕਹਿੰਦੇ ਨਹੀਂ ਗਿਆ। ਕਹਿੰਦੇ ਵੀ ਤੁਸੀਂ ਆਗਿਆ ਦਿੰਦੇ ਰਹੇ ਤਾਂ ਗਏ ਨਾ? ਮਹਾਰਾਜ ਕਹਿੰਦੇ ਹਾਂ ਇੱਦਾਂ ਹੀ ਆ। ਫਿਰ ਤੁਸੀਂ ਕਿੱਦਾਂ ਜਾ ਸਕਦੇ ਜੇ ਆਗਿਆ ਤੋਂ ਬਿਨਾਂ? ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਆਗਿਆ ਮੰਗਦਾ ਪੰਥ ਕੋ ਕਿ ਮੈਨੂੰ ਵੀ ਇਸ ਰਣ ਮੈਦਾਨ ਵਿੱਚ ਜੂਝਣ ਦੀ ਆਗਿਆ ਦਿੱਤੀ ਜਾਵੇ। ਭਾਈ ਦਇਆ ਸਿੰਘ ਨੇ ਆਖਿਆ ਇੱਕ ਸਿੱਖ ਸਿੱਖ ਦੇ ਰੂਪ ਵਿੱਚ ਆਗਿਆਕਾਰੀ ਬਣ ਕੇ ਆਗਿਆ ਮੰਗਦੇ ਜਾਂ ਗੁਰੂ ਬਣ ਕੇ? ਮਹਾਰਾਜ ਕਹਿੰਦੇ ਨਹੀਂ, ਮੈਂ ਇਸ ਵਕਤ ਗੁਰੂ ਕੇ ਖਾਲਸੇ ਅੱਗੇ ਇੱਕ ਗੁਰਸਿੱਖ ਆਗਿਆਕਾਰ ਵਾਂਗ ਬੇਨਤੀ ਕਰਦਾ ਹਾਂ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਫਿਰ ਇਹ ਖਾਲਸੇ ਦਾ ਪੰਥ ਦਾ ਫੈਸਲਾ ਆ ਵੀ ਤੁਹਾਨੂੰ ਆਗਿਆ ਕੀ ਕਰਨੀ ਆ, ਪ੍ਰਵਾਨ ਵਾ ਤੁਹਾਨੂੰ ਜੋ ਆਗਿਆ ਕਰਾਂਗੇ ਅਸੀਂ ਹੁਕਮ ਕਰਾਂਗੇ। ਸੱਚੇ ਪਾਤਸ਼ਾਹ ਨੇ ਆਖਿਆ ਉਹ ਗੋਬਿੰਦ ਸਿੰਘ ਗੁਰੂ ਕੇ ਖਾਲਸੇ ਦਾ ਹਰ ਹੁਕਮ ਸਿਰ ਮੱਥੇ ਮੰਨਦਾ ਆ, ਪ੍ਰਵਾਨ ਆ ਮੈਨੂੰ। ਫਿਰ ਭਾਈ ਦਇਆ ਸਿੰਘ ਨੇ ਆਖਿਆ ਖਾਲਸੇ ਪੰਥ ਦਾ ਹੁਕਮ ਆ, ਤੁਸੀਂ ਇੱਥੋਂ ਜਿਉਂਦੇ ਜਾਣਾ ਆ, ਨਿਕਲਣਾ ਆ। ਮਹਾਰਾਜ ਨੇ ਆਖਿਆ ਸੀਸ ਝੁਕਾ ਦਿੱਤਾ, ਕਿੰਨੇ ਕਿੰਨੇ ਨਾਲ ਜਾਣਾ ਫੈਸਲਾ ਕਰ ਲੈਂਦੇ ਹਾਂ। ਸਤਿਗੁਰੂ ਕਹਿੰਦੇ ਪਰ ਮੇਰੀ ਇੱਕ ਬੇਨਤੀ ਜੇ ਚਲਾ ਜਾਵਾਂਗਾ। ਭਾਈ ਦਇਆ ਸਿੰਘ ਨੇ ਆਖਿਆ ਕੀ ਬੇਨਤੀ ਆ? ਮਹਾਰਾਜ ਕਹਿੰਦੇ ਮੈਂ ਆਹ ਜਿਹੜਾ 10 ਲੱਖ ਵੈਰੀ ਆ ਨਾ, ਜਿਹਦੇ ਵਿੱਚੋਂ ਹਜ਼ਾਰਾਂ ਮਰ ਵੀ ਗਏ ਤਾਂ ਫਿਰ ਕਿਹੜਾ ਫਰਕ ਵਾ,
पर मैं इन्हां नूं ललकार के जाना जे मैं दस के जाना जे मैं चोरी नहीं जे जाना। भाई दया सिंह ने आख्या तुसीं जाओ जिदां वी जाना दस के जाओ ललकार के जाओ नारे मार के जाओ जकारे गजाउंदे जाओ पर इथों चले जाओ। फैसला हो गया सी ते महाराज इत्थे कहानी ते लंबी आ नौ पौ दी साडा सानू हुक्म छोटे साहबजादियां दा लाया सतगुरु जी वंगार के निकले। मैं बेनती है प्रमाण दिता है कि सूबा सरहद वजीद खां दीआं फौजां नूं अठ पौ दी अद्धी रात दे नाल गुरु कलगियां वाले पातशाह ने ताड़ी ते ताड़ी मार के आखिया सी ओ पीरे हिंद जा रहा जे जे किसे विच जरूरत आ रोक लो जे रोकिया जांदा जे ये सतेही अब्बड़ वाए उठे आवाज किधरों आई है। तो दूजे बन्नो भाई दया सिंह ने आख्या महाराज ने आख्या चौं पासिआं नूं मूँह करके ये रणनीति आ खालसा जी। भाई दया सिंह ने आख्या ओए इधर ओए इधर जा रहे आ रहे पीरे हिंद इधर नूं होए अग्गों उठे तो इन्हां दी तलवार आपस में पुत्रां ने प्यो मार दिते भरावां ने भरा मार दिते ते तीजे बन्नो बाबा धर्म सिंह ने आख्या ओए गुरू ते इधर नूं जाण डिआ वा ਤੁਸੀਂ ਕਿੱਧਰ ਫਿਰਦੇ ਜੇ ਇਹ ਉਧਰ ਨੂੰ ਭੱਜੇ। ਬਾਬਾ ਮਾਨ ਸਿੰਘ ਜੀ ਨੇ ਆਖਿਆ ਚੌਥੀ ਬਾਈ ਤੋਂ ਉਹ ਗੁਰੂ ਗੋਬਿੰਦ ਸਿੰਘ ਇੱਧਰ ਜਾ ਰਿਹਾ ਜੇ ਹੈ ਕਿਸੇ ਵਿੱਚ ਹਿੰਮਤ ਰੋਕਣ ਦੀ ਗੁਰੂ ਨੂੰ ਤੇ ਰੋਕੋ ਨਗਾਰੇ ਤੇ ਲੱਗੀਆਂ ਚੋਟਾਂ ਛੱਡੇ ਸਤਿ ਸ੍ਰੀ ਅਕਾਲ ਦੇ ਜਕਾਰੇ ਤੇ ਕਲਗੀਆਂ ਵਾਲੇ ਪਾਤਸ਼ਾਹ ਤਿੰਨਾਂ ਸਿੰਘਾਂ ਸਮੇਤ ਵੈਰੀ ਨੂੰ ਤਲਵਾਰ ਦੀ ਧਾਰ ਲੰਘਾ ਕੇ ਲੰਘੇ ਆ। ਭਾਈ ਵੀਰ ਸਿੰਘ ਜੀ ਕਹਿੰਦੇ ਆ 12 ਕੋਹ ਤੱਕ ਇਹ ਫੌਜ ਸੀ 12 ਕੋਹ ਤੱਕ ਖਲੋਤੀ ਸੀ ਫੌਜ। ਤੁਸੀਂ ਹਿਸਾਬ ਲਾ ਲਓ ਵੀ ਇੰਨਾ ਬੰਦਾ ਕਿੰਨੇ ਜਗ੍ਹਾ 'ਚ ਖਲੋਂਦਾ ਹੈ। ਸਤਿਗੁਰੂ ਮਹਾਰਾਜ ਲਲਕਾਰ ਕੇ ਨਿਕਲ ਗਏ ਆ ਤੇ ਇਹਨਾਂ ਦੇ ਪੱਲੇ ਕੀ ਪਿਆ ਨਮੋਸ਼ੀ ਪਈ ਨਾ ਲੱਕ ਟੁੱਟਾ ਹੈ ਸੂਬਾ ਸਰਹੰਦ ਵਜ਼ੀਰ ਖਾਂ ਦਾ ਇਹਨੂੰ ਸੁਨੇਹਾ ਆ ਗਿਆ। ਇਹਦੇ ਅਹਿਲਕਾਰਾਂ ਨੇ ਆਣ ਕੇ ਦੱਸਿਆ ਵੀ ਗੁਰੂ ਜੀ ਤੇ ਗੁਰੂ ਤਾਂ ਨਹੀਂ ਜੇ ਫੜਿਆ ਗਿਆ ਪਰ ਤੁਹਾਨੂੰ ਮੁਬਾਰਕਾਂ। ਉਹਨੇ ਆਖਿਆ ਉਹ ਕਾਹਦੀਆਂ ਮੁਬਾਰਕਾਂ ਓਏ ਉਹ ਮੇਰੀ ਐਡੀ ਵੱਡੀ ਹਾਰ ਮੈਂ ਐਡੀ ਚੋਟੀ ਦਾ ਜ਼ੋਰ ਲਾ ਲਿਆ ਬਾਦਸ਼ਾਹ ਦੇ ਉੱਤੋਂ ਝਿੜਕਾਂ ਵਾਰ ਵਾਰ ਆ ਰਹੀਆਂ ਕਿ ਇੱਕ ਮੁੱਠੀ ਭਰਿਆ ਸਿੰਘਾਂ ਦਾ ਜਰਨੈਲ ਨਹੀਂ ਤੇਰੇ ਕੋਲ ਫੜਿਆ ਜਾ ਰਿਹਾ ਸਾਰੀ ਉਹਨੇ ਹਕੂਮਤ ਝੋਕਦੀ ਆ ਮੇਰੇ ਆਖੇ ਅਤੇ ਤੁਸੀਂ ਕਾਹਦੀ ਮੈਨੂੰ ਵਧਾਈ ਦਿੰਦੇ ਹੋਏ। ਉਹਨਾਂ ਆਖਿਆ ਜਨਾਬ ਇਹ ਅਸੀਂ ਮੰਨਦੇ ਹਾਂ ਵੀ ਗੁਰੂ ਨਹੀਂ ਫੜਿਆ ਗਿਆ ਪਰ ਉਹਦੇ ਪੁੱਤਰ ਫੜ ਲਏ ਆ। ਨਰਮ ਹੋ ਗਿਆ ਹੈਂ ਉਹਨੇ ਆਖਿਆ ਹਾਂ ਉਹਨਾਂ ਦੀ ਮਾਤਾ ਵੀ ਫੜ ਲਈ ਆ ਕਿੱਥੇ ਆ ਕੋਤਵਾਲੀ ਵਿੱਚ ਬੰਦਾ ਉਹਨਾਂ ਨੂੰ ਇੱਥੇ ਲਿਆਈਏ ਕੀ ਆਗਿਆ ਤੁਹਾਡੀ। ਇਹਦੀ ਜਿਹੜੀ ਉਹ ਮੁਸੀਬਤ ਸੀ ਨਾ ਜਿਹੜੀ ਆ ਚਿੰਤਾ ਅਤੇ ਥੋੜ੍ਹਾ ਜਿਹਾ ਇਹਨੂੰ ਧਰਵਾਸ ਮਿਲਿਆ ਕਹਿੰਦਾ ਲਿਆਓ ਇੱਥੇ ਲਿਆਓ ਉਹਨਾਂ ਨੂੰ ਬਣਾਵਾਂਗੇ ਮੁਸਲਮਾਨ ਅਤੇ ਚਮਕੌਰ ਦੀ ਹਾਰ ਦਾ ਲਵਾਂਗੇ ਬਦਲਾ। ਖਾਲਸਾ ਜੀ ਇਹ ਕਿਉਂ ਆਉਂਦਾ ਵਾ ਸੂਬਾ ਸਰਹੰਦ ਵੀ ਗੁਰੂ ਕੇ ਪੁੱਤਰਾਂ ਨੂੰ ਇਸਲਾਮ ਵਿੱਚ ਲਿਆਵਾਂਗੇ। ਇਹਨੇ ਆਖਿਆ ਜਦੋਂ ਗੁਰੂ ਕੇ ਪੁੱਤਰ ਸਾਡੀ ਕੈਦ 'ਚ ਹੋਏ ਨਾ ਫਿਰ ਜਦੋਂ ਗੁਰੂ ਨੂੰ ਪਤਾ ਲੱਗਾ ਵੀ ਮੇਰੇ ਛੋਟੇ ਸਾਹਿਬਜ਼ਾਦੇ ਪਕੜ ਲਏ ਗਏ ਆ ਉਹ ਆਣ ਕੇ ਆਖੇਗਾ ਮੇਰੇ ਨਾਲ ਜਿਹੜਾ ਸਲੂਕ ਕਰਨਾ ਕਰ ਲਓ ਅਤੇ ਮੇਰੇ ਪੁੱਤਰ ਛੱਡ ਦਿਓ। ਜਰਨੈਲ ਕਿਸੇ ਖੂਨ ਖਾਰ ਦਾ ਪੁੱਤਰ ਕਿਸੇ ਦੀ ਕੈਦ ਵਿੱਚ ਹੋਵੇ ਦੂਸਰੇ ਜਰਨੈਲ ਦੀ ਉਹ ਜਾ ਕੇ ਕਹਿੰਦਾ ਭਾਵੇਂ ਉਹ ਨਾ ਫੜਿਆ ਜਾਵੇ ਪਰ ਉਹ ਆਪ ਪੇਸ਼ ਹੋ ਕੇ ਆਉਂਦਾ ਉਹ ਮੇਰੇ ਪੁੱਤਰ ਨੂੰ ਹੱਥ ਨਾ ਲਾ ਮੇਰੇ ਨਾਲ ਜਿਹੜਾ ਵਰਤਾਓ ਕਰਨਾ ਹੀ ਕਰ ਲਾ। ਸੂਬਾ ਸਰਹੰਦ ਇਹ ਸੋਚਦਾ ਹੈ ਇਹਨੇ ਆਖਿਆ ਲਿਆਓ ਇੱਥੇ ਨਾ ਗੁਰੂ ਆਊਗਾ ਤੇ ਚਮ ਇੱਥੇ ਇਹਨਾਂ ਨੂੰ ਇਸਲਾਮ ਵਿੱਚ ਲਿਆਵਾਂਗੇ ਦੁਨੀਆ 'ਚ ਇੱਜ਼ਤ ਸਾਡੀ ਵੱਡੀ ਹੋਵੇਗੀ ਕਿ ਗੁਰੂ ਦੇ ਪੁੱਤਰ ਮੁਸਲਮਾਨ ਬਣਾ ਲਏ ਅਸੀਂ ਲੈਣ ਦੇ। ਦਸ ਪੋਹ ਨੂੰ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ 7 ਸਾਲ ਅਤੇ 9 ਸਾਲ ਦੀ ਜ਼ਿਆਦਾ ਗੱਲ ਕੀਤੀ ਉਮਰਾਂ ਦੀ ਤਕਰੀਬਨ ਅਤੇ ਮਾਤਾ ਜੀ ਨੂੰ ਲੈਣ ਦਾ ਨਾਲ
पुछया भी इन्हों गिरफ्तार करके लैंदा है तो कैद कितने रखने है, कहिंदा भी ठंडा बुरज, ठंडा बुरज वो आ भराओ जिहड़े विच गर्मिया के दिनों में ठंड महसूस होंदी सी, गर्मिया के दिनों तां ठंडा बुरज आख्या जाता, हुण वाला नहीं। ये इस तरीके का बनया सी जी, सूबा सरहंद इहदे विच गर्मिया विच आण के ते ठंडे बुरज विच बहिंदा सी, उस ठंडा बुरज विच बंद कर दिओ ते समा की आ दस पोह दी ककरीली रात, कोई गर्म कपड़ा नहीं उहनां दे कोल, कोई गर्म चीज नहीं उहनां दे छकण वास्ते। सूबा सरहंद दे हुकम दे नाल गुरु के पुत्तर ते माता जी ठंडे बुरज विच बंद कर दिते आ दस पोह दी रात। ओ जगत मां, मां गुजर कौर अपने पोतरिया नूं छाती नाल घुट घुट के रात बतीत कर रहे आ। शायर कहिंदा है उदों घुट के छाती दे नाल लाया दादी मां ने दोवां दियाणियां नूं, कट्टी रात सियाल दी वरे जिड्डी गली ला के भुखियां भाणियां नूं, ओ रब्बा तेरियां कुदरतां निहारियां ने पौना दर्द तू राजां राणियां नूं, कुत्ते जिन्हां दे दुध कबूलदे नहीं सी अज ओह तरसदे भुज्जियां दाणियां। किवें रात बतीत हुंदी होवेगी अंदाजा लाउणा बड़ा औखा है, इह ते ओह ही जाणदे आ ककरीली रात पोह दी। आ हुण ते ठंड भी घट गई, अज तों पछाह नूं आपां वेखीए किन्नी ठंड। ओह समां जिस समय मावां अपने पुत्रां नूं कोई रजाई दा निग दे रही आ, छाती नाल ला के रजाइयां दे निग दे रहीआं ने, कोई अग बाल के अपने बच्चिआं नूं अग सका रहीआं ने, कोई दुध गर्म कर करके अपने बच्चिआं नूं दुध छका रहीआं ने। अज जगत मां, मां गुजर कौर अपने पोतिआं नूं अपनी छाती नाल ला के अपने वड़वडेरियां दीआं कहानियां सुना सुना के समा बतीत कर रहे ने। ग्यारह पोह दा चढ़िया दिन ठंडे बुरज विच क्यों बंद कीते आ कि गुरु के पुत्र सवेरे जदों रात ठंड लगेगी सवेरे सलाम प्रवान कर लेंगे सौखे। इन्हां नूं सलाम विच लिआउण वास्ते ये कुछ किया गया, डरनगे ठंड विच। ग्यारह पोह दा चढ़िया दिन सूबा सरहंद वजीर खां दी लगी आ कचहरी, इन्हें आख्या वा अज बड़ा खुशी का दिन है, क्यों गुरु के पुत्रां नूं अज सलाम विच लै आउणा। इन्हें सिपाही भेजे आ जाओ गुरु के पुत्रां नूं कचहरी विच पेश करो, लिया के उन्हां नूं आखो झोके सलाम बुलाउण इत्थे आण के। हुण सिपाही गए आ ठंडे बुरज विच, थल्यों आवाज़ दित्ती आ मां तेरे पोतरियां नूं लैण वास्ते आए हाँ। मां ने आख्या वे मेरे पोतरे कित्थे खड़ने तुसां, मां सूबा सरहंद वजीर खां सादा इन्हां नूं कचहरी लग गई आ, उत्थे इन्हां नूं पेश करना आ, सूबे दा हुक्म है, उन्हां ने इन्हां नूं सलाम विच लिआउणा आ, तुसीं इन्हां नूं कुछ शब्द कह दिओ भी ये उत्थे जाके कितें फतेह ना बुला दें, जाके झोके सूबे नूं सलाम बुलाउण, इन्हां दी जान तां बच सकदी है। इन्हां नूं ये सिख्या दे दिओ, इन्हां नूं ये गल कह दिओ कि फतेह ना कितें भुलेखे ना भी बुला दें। मां ने आख्या मैं दसदी हाँ इन्हां नूं, मैं इहनूं सिख्या इन्हां नूं बड़े चिरां तों दिंदी आई हाँ। बाबा फतेह सिंह तो बहुत छोटा सी जदों माता जी तां जी तुर गए सन, मैं सिख्या दित्तियां इन्हां नूं, फिर भी मैं शब्द दरा के तोरदी हाँ इन्हां नूं तुहाडे नाल। दादी मां ने अपने पोतरियां नूं उठा के तैयार किया आ, दस्तारे चिण चिण के बधे आ ते आख्या भी तुसीं हुण चले जे जालम दी कचहरी विच, गज के फतेह बुलाउणी आ, उत्थे जालम लालच भी देणगे और बड़ा प्यार भी करनगे, ਤੁਸੀਂ ਵੀ ਦੇਣਗੇ, ਤੁਸੀਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ, ਤੁਸੀਂ ਉਹ
कलगियां वाले पातशाह दे पुत्र इन्ना याद रखना तकिए दादी माए अपने पोतरियां नूं कचहरी वल तोरन लग्या जड़े शब्द कुछ कहिंदे ने इस कविता विच ऐहो अंकत है मत्थे चुम्मी मालालां दे प्यार न मारे वाजा तै करही गुलशन विच बुलबुल ओ जरना सकी बाजा पत्थर दिल ना कदे भी अपना सकदे बदल सुभाओ उठो मेरे लाल दलेरो हस कचहरी जाओ बेखबरे दुश्मन दिल विच बैके रात की गुंदिया गुंदा पर नी बेटा खत्म होनिया सच धर्म दिया हुंदा बैठो सिर दस्तार सजाओ उठो मेरे लाल दलेरो हस कचहरी जाओ ए बेटा रुखियां रुखियां मारे बार खड़ा कोई हाका लालन दिल विच रोग भर लिया उस दे कौड़े वाका ओ पुत्रो हस के गल करो कोई पुत्रो हस के गल करो कोई ठंड काल जे पाओ उठो मेरे लाल दलेरो हस कचहरी जाओ लो वे सोनियो चिणके बन्ना सीस गोल दस्तारा लोकां दे दुख दूर करन लई मैं अंतम सुखवारा दे दे राहां ते चल के जस जगत विच पाओ उठो मेरे लाल दलेरो हस कचहरी जाओ बन गए पहाड़ पाप दे बेटा पद्र कर दियो ढाके अग जुल्म दी ठंडी कर दियो ए रात जिस्म दी पाके खिले सच्चे मनसूरा देख लई सच्चे मनसूरो सूली झूठे खाओ उठो मेरे लाल दलेरो हस कचहरी जाओ ए मर्दां दे पुत्रां नूं बेटा बहुत पैंदियां पीड़ां जोग पलटा उलहरां सिर ते बहुत सहिंदियां पीड़ां बोल फुलो सिदकां दे पलियो जग खुशबोई खंडाओ उठो मेरे लाल दलेरो हस कचहरी जाओ।